ਨਵੀਂ ਗੌਂਡਰ ਘਰ ਜਾ ਤੇ 8-10 ਗੋਏ ਲਿਆ। ਸਭ ਮੇਰੀ ਗੱਲ। 8-10 ਗੋਏ ਲਿਆ ਤੂੰ ਨਵੀਂ ਗੌਂਡਰ ਦੇ ਘਰੋਂ। 8 ਕਿੰਨੇ 10? ਆਹੋ 10 ਗੋਏ ਲਿਆ। ਅੱਛਾ। ਬੁਖਾਰ ਵਾਲੇ। ਉਹਨੂੰ ਕਹਿ ਵੀ ਨਹੀਂ। ਆਏ ਹਾਏ। ਸੁਣਦੀ ਨਹੀਂ ਹੈਗੀ। ਮੰਮੀ ਜੀ, ਲੈ ਆਈਆਂ ਗੋਏ। ਨਾ ਗੋਏ ਕਿਤੇ ਨਹੀਂ ਉੰਟੀ ਨੇ। ਕਿਉਂ? ਕਹਿੰਦੇ ਦੋਏ ਲੈ ਜਾ ਕੇ। ਆਏ ਰੱਬਾ ਤੂੰ ਕੀ ਕਿਹਾ ਸੀ ਜਾ ਕੇ ਮੈਂ ਜਾ ਕੇ ਕਿਹਾ ਸੀ ਮੈਂ ਕਿ ਅੰਟੀ ਜੀ ਸਾਸਰੀ ਘਰ ਫਿਰ ਮੈਂ ਮੱਠਾ ਟੇਕਿਆ ਫਿਰ ਮੈਂ ਕਿ ਅੰਟੀ ਜੀ ਤੁਸੀਂ ਕੀ ਬਣਾਇਆ ਅੱਜ ਅੰਟੀ ਕਹਿੰਦੀ ਆਲੂ ਗਾਜਰ ਮਟਰ ਬਣਾਏ ਨੇ ਫਿਰ ਉਹ ਕਹਿੰਦੀ ਕੰਬਲੀਏ ਬੈਠਾ ਚਾਹ ਪੀ ਲੈ ਫਿਰ ਮੈਂ ਚਾਹ ਪੀਤੀ ਉਹਨਾਂ ਘਰ ਹੈ ਅੰਟੀ ਨੇ ਵੀ ਸਕਰਵੇ ਦਿੱਤਾ ਸੀ ਆ ਤੇ ਫਿਰ ਮੈਨੂੰ ਯਾਦ ਗੋਏ ਲੈਣ ਗਈ ਸੀ ਕੋਈ ਨਹੀਂ ਆਦਾ ਇਹ ਤੈਨੂੰ ਮੈਂ ਕੀ ਲੈਣ ਆਈ ਆ ਹਾਂ ਕੋਈ ਵੀ ਆਦਾ ਏ ਸੀ ਮੁਫਲੀਆ ਖਾਣ ਤੋਂ ਬਾਅਦ ਮੈਂ ਕਿਹਾ ਆ ਮੈਂ ਤੇ ਗੋਏ ਲੈਣ ਆਈ ਸੀ ਮੈਂ ਕਿਹਾ ਆਂਟੀ ਜੀ ਗੋਏ ਦੇ ਦਿਓ ਬੁਖਾਰ ਹੋਇਆ ਏ ਆਏ ਹੋਏ ਕਾਹ यूं ਕਹਿੰਦੀ ਏ ਜੇ ਦਵਾਈ ਲੈ ਜਾ ਕੇ ਬੁਖਾਰ ਬਾਲਣਾ ਏ ਬੁਖਾਰ ਹੋਇਆ ਇੱਥੇ ਉਹਨੂੰ ਕਹਣਾ ਹੀ ਬੁਖਾਰ ਬਾਲਣਾ ਗੋਏ ਦੇ ਦਿਓ ਮੰਮੀ ਨੇ ਕਿਹਾ ਬੁਖਾਰ ਬਾਲਣਾ ਕਹਿਣਾ ਸੀ ਥੇ ਹੋਰ ਨਹੀਂ ਹਾਂ ਮੈਂ ਤੇ ਉਹਨੂੰ ਕਹਤਾ ਸੀ ਬੁਖਾਰ ਹੋਇਆ ਗੋਏ ਦੇ ਦਿਓ ਉਹਨ ਕੀ ਕਰਾ ਤੈਨੂੰ ਤਾਂ ਸਮਝ ਹੀ ਨਹੀਂ ਆਂਦੀ ਜਾਨ ਦਵਾ ਲਿਆ